ओम शांति। आज बाबा दे 21/1/2021 दे महावाक्य। बाबा ने आज अपने बच्चियां नु कहा, मिठे बच्चे तुसी एथे आए हो सर्व शक्तिवान बाप तो शक्ति लैण लई, अर्थात दीपक विच ज्ञान दा क्यो पौन दे लई। जिवें दीवे दे विच क्यो पैंदा है ता साडे आत्मा रूपी दीवा भी जगदा रहे, उस विच भी ज्ञान दा क्यो पौन दे लई बाप कोल आई हो। प्रश्न है, शिव दी बरात दा गायन क्यों है? उत्तर है, क्योंकि शिव बाबा जदों वापस जांदे हन ता सारियां आत्मावां दा झुंड ਉਹਨਾਂ ਦੇ ਪਿੱਛੇ ਪਿੱਛੇ ਭੱਜ ਜਾਂਦਾ ਹੈ। ਮਾਨਾ ਬਾਬਾ ਕਹਿੰਦੇ ਮੂਲ ਵਤਨ ਵਿੱਚ ਵੀ ਆਤਮਾਵਾਂ ਦਾ ਛੱਤਾ ਲੱਗ ਜਾਂਦਾ ਹੈ, ਜਿਵੇਂ ਮੱਖੀਆਂ ਦਾ ਛੱਤਾ ਲੱਗਦਾ ਹੈ ਨਾ, ਆਪਾਂ ਦੇਖਦੇ ਹਾਂ ਰਾਣੀ ਮੱਖੀ ਦੇ ਪਿੱਛੇ ਸਾਰੀਆਂ ਮੱਖੀਆਂ ਚਲੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਬਾਬਾ ਸਮਝਾਉਣ ਦੇ ਬੇਸ ਨਾਲ ਦੱਸ ਰਹੇ ਹਨ ਕਿ ਸ਼ਿਵ ਬਾਬਾ ਜਦੋਂ ਵਾਪਸ ਜਾਂਦੇ ਹਨ ਤਾਂ ਤੁਸੀਂ ਆਤਮਾ ਵੀ ਪਿੱਛੇ ਪਿੱਛੇ ਆਉਂਦੀਆਂ ਹੋ और मूल वतन दे विच आत्मावां दा छत्ता लग जांदा है। तुसी पवित्र बनण वाले बच्चे बाप दे नाल नाल जांदे हो, नाल दे कारण ही बरात दा गायन है। ओम शांति। बच्चियां नो पहलां पहलां एक ही पॉइंट समझाउण दी है, समझण दी है कि असीं आत्मा पाई पाई हां अते ओ सब दा पिता है। ਉਸਨੂੰ ਸਰਵ ਸ਼ਕਤੀਵਾਨ ਕਿਹਾ ਜਾਂਦਾ ਹੈ। ਤੁਹਾਡੇ ਵਿੱਚ ਵੀ ਸਰਵ ਸ਼ਕਤੀਆਂ ਸੀ, ਤੁਸੀਂ ਵਿਸ਼ਵ ਤੇ ਰਾਜ ਕਰਦੇ ਸੀ। ਭਾਰਤ ਵਿੱਚ ਹੀ ਇਹਨਾਂ ਦੇਵੀ ਦੇਵਤਿਆਂ ਦਾ ਰਾਜ ਸੀ, ਮਾਨਾ ਤੁਹਾਡਾ ਬੱਚਿਆਂ ਦਾ ਰਾਜ ਸੀ। ਦੇਵਤਾ ਬਣਨ ਵਾਲੇ ਤਾਂ ਅਸੀਂ ਬੱਚੇ ਹੀ ਹਾਂ, ਤਾਂ ਬਾਬਾ ਕਹਿ ਰਹੇ ਤੁਹਾਡਾ ਬੱਚਿਆਂ ਦਾ ਰਾਜ ਸੀ। ਤੁਸੀਂ ਪਵਿੱਤਰ ਦੇਵੀ ਦੇਵਤੇ ਸੀ, ਤੁਹਾਡਾ ਕੁੱਲ ਜਾਂ ਰਾਜਈ ਹੈ ਨਾ, ਉਹ ਸਭ ਨਿਰਵਿਕਾਰੀ ਸੀ। ਕੌਣ ਨਿਰਵਿਕਾਰੀ ਸੀ? ਆਤਮਾਵਾਂ। ਹੁਣ ਤੁਸੀਂ ਨਿਰਵਿਕਾਰੀ ਬਣ ਰਹੇ ਹੋ, ਜਿਵੇਂ ਸਰਵ ਸ਼ਕਤੀਵਾਨ ਬਾਪ ਨੂੰ ਯਾਦ ਕਰਕੇ ਉਸ ਤੋਂ ਤੁਸੀਂ ਸ਼ਕਤੀ ਲੈ ਰਹੇ ਹੋ। ਬਾਪ ਨੇ ਸਮਝਾਇਆ ਹੈ, ਆਤਮਾ ਹੀ 84 ਜਨਮਾਂ ਦਾ ਪਾਰਟ ਵਜਾਉਂਦੀ ਹੈ। ਉਸ ਵਿੱਚ ਜੋ ਸਤੋ ਪ੍ਰਧਾਨ ਤਾਕਤ ਸੀ ਉਹ ਫਿਰ ਦਿਨ ਪ੍ਰਤੀ ਦਿਨ ਘੱਟ ਹੋ ਜਾਂਦੀ ਹੈ। ਸਤੋ ਪ੍ਰਧਾਨ ਤੋਂ ਤਮੋ ਪ੍ਰਧਾਨ ਬਣਨਾ ਹੈ। ਜਿਵੇਂ ਬੈਟਰੀ ਦੀ ਤਾਕਤ ਘੱਟ ਹੋ ਜਾਂਦੀ ਹੈ ਤਾਂ ਮੋਟਰ ਖੜੀ ਹੋ ਜਾਂਦੀ ਹੈ ਨਾ, ਬੈਟਰੀ ਡਿਸਚਾਰਜ ਹੋ ਜਾਂਦੀ ਹੈ। ਆਤਮਾ ਦੀ ਬੈਟਰੀ ਫੁੱਲ ਡਿਸਚਾਰਜ ਨਹੀਂ ਹੁੰਦੀ, ਕੁਛ ਨਾ ਕੁਛ ਤਾਕਤ ਰਹਿੰਦੀ ਹੈ। ਜਿਵੇਂ ਕੋਈ ਮਰਦਾ ਹੈ ਤਾਂ ਦੀਵਾ ਜਗਾਉਂਦੇ ਹਨ, ਉਸ ਵਿੱਚ ਘਿਓ ਵੀ ਪਾਉਂਦੇ ਰਹਿੰਦੇ ਹਨ ਕਿ ਜੋਤੀ ਬੁੱਝ ਨਾ ਜਾਵੇ। ਬੈਟਰੀ ਦੀ ਤਾਕਤ ਘੱਟ ਹੁੰਦੀ ਹੈ ਤਾਂ ਫਿਰ ਚਾਰਜ ਕਰਨ ਲਈ ਰੱਖਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ, ਤੁਹਾਡੀ ਆਤਮਾ ਸਰਵ ਸ਼ਕਤੀਵਾਨ ਸੀ, ਹੁਣ ਫਿਰ ਤੁਸੀਂ ਸਰਵ ਸ਼ਕਤੀਵਾਨ ਬਾਪ ਨਾਲ ਆਪਣਾ ਬੁੱਧੀ ਯੋਗ ਲਗਾਉਂਦੇ ਹੋ। ਹੁਣ ਤੁਸੀਂ ਬੱਚੇ ਸਮਝਦੇ ਹੋ, ਤੁਹਾਡੀ ਆਤਮਾ ਸਰਵ ਸ਼ਕਤੀਵਾਨ ਸੀ ਔਰ ਬਾਬਾ ਨਾਲ ਬੁੱਧੀ ਯੋਗ ਲਗਾਉਂਦੇ ਹੋ, ਤਾਂ ਬਾਬਾ ਦੀ ਸ਼ਕਤੀ ਤੁਹਾਡੇ ਵਿੱਚ ਆ ਜਾਵੇ, ਕਿਉਂਕਿ ਸ਼ਕਤੀ ਘੱਟ ਹੋ ਗਈ ਹੈ ਨਾ, ਥੋੜ੍ਹੀ ਜ਼ਰੂਰ ਰਹਿੰਦੀ ਹੈ, ਇੱਕਦਮ ਖਤਮ ਹੋ ਜਾਵੇ ਫਿਰ ਤਾਂ ਸਰੀਰ ਵੀ ਨਾ ਰਹੇ। ਆਤਮਾ ਬਾਪ ਨੂੰ ਯਾਦ ਕਰਦੇ ਕਰਦੇ ਪਵਿੱਤਰ ਹੋ ਜਾਂਦੀ ਹੈ। ਸਤਯੁਗ ਵਿੱਚ ਤੁਹਾਡੀ ਬੈਟਰੀ ਫੁੱਲ ਚਾਰਜ ਹੁੰਦੀ ਹੈ, ਫਿਰ ਥੋੜ੍ਹੀ ਥੋੜ੍ਹੀ ਘੱਟ ਹੁੰਦੀ ਜਾਂਦੀ ਹੈ। ਤ੍ਰੇਤਾ ਤੱਕ ਮੀਟਰ ਘੱਟ ਜਾਂਦਾ ਹੈ, ਜਿਸ ਨੂੰ ਕਲਾ ਕਿਹਾ ਜਾਂਦਾ ਹੈ। ਕਹਿੰਦੇ ਨਾ ਦੋ ਕਲਾ ਤ੍ਰੇਤਾ ਵਿੱਚ ਘੱਟ ਹੋ ਜਾਂਦੀਆਂ ਹਨ, ਬਾਬਾ ਕਹਿੰਦੇ ਇਹ ਮੀਟਰ ਹੈ ਜਿਹੜਾ ਘੱਟ ਜਾਂਦਾ ਹੈ। ਫਿਰ ਕਹਾਂਗੇ ਆਤਮਾ ਜੋ ਸਤੋ ਪ੍ਰਧਾਨ ਸੀ ਉਹ ਸਤੋ ਬਣੀ, ਤਾਕਤ ਘੱਟ ਹੋ ਜਾਂਦੀ ਹੈ। ਤੁਸੀਂ ਸਮਝਦੇ ਹੋ ਕਿ ਅਸੀਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਹਾਂ ਸਤਯੁਗ ਵਿੱਚ।
ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਵੋਗੀ। ਹੁਣ ਤੁਸੀਂ ਸਤੋ ਪ੍ਰਧਾਨ ਬਣ ਗਈ ਹੋ ਤਾਂ ਤਾਕਤ ਦਾ ਹੁਣ ਤੁਸੀਂ ਤਮੋ ਪ੍ਰਧਾਨ ਬਣ ਗਏ ਹੋ ਤਾਂ ਤਾਕਤ ਦਾ ਤਾਂ ਦਿਵਾਲਾ ਹੀ ਨਿਕਲ ਗਿਆ ਬਾਬਾ ਕਹਿ ਰਹੇ। ਫਿਰ ਬਾਪ ਨੂੰ ਯਾਦ ਕਰਨ ਨਾਲ ਪੂਰੀ ਤਾਕਤ ਆ ਜਾਵੇਗੀ ਕਿਉਂਕਿ ਤੁਸੀਂ ਜਾਣਦੇ ਹੋ ਦੇਹ ਸਹਿਤ ਦੇਹ ਦੇ ਜੋ ਵੀ ਸੰਬੰਧ ਹਨ ਉਹ ਤਾਂ ਖਤਮ ਹੋ ਜਾਣੇ ਹਨ। ਫਿਰ ਤੁਹਾਨੂੰ ਬੇਹਦ ਦਾ ਰਾਜ ਮਿਲਦਾ ਹੈ। ਬਾਪ ਵੀ ਬੇਹਦ ਦਾ ਵਰਸਾ ਤੇ ਦਿੰਦੇ ਹਨ। ਹੁਣ ਤੁਸੀਂ ਪਤਿਤ ਹੋ, ਤੁਹਾਡੀ ਤਾਕਤ ਬਿਲਕੁਲ ਘੱਟ ਹੁੰਦੀ ਜਾਂਦੀ ਹੈ ਨਾ। ਹੇ ਬੱਚਿਓ, ਹੁਣ ਤੁਸੀਂ ਮੈਨੂੰ ਯਾਦ ਕਰੋ, ਮੈਂ ਆਲਮਾਈਟੀ ਅਥਾਰਟੀ ਹਾਂ, ਮੇਰੇ ਦੁਆਰਾ ਆਲਮਾਈਟੀ ਰਾਜ ਮਿਲਦਾ ਹੈ। ਸਤਯੁਗ ਵਿੱਚ ਦੇਵੀ ਦੇਵਤਾ ਸਾਰੇ ਵਿਸ਼ਵ ਦੇ ਮਾਲਿਕ ਸੀ, ਪਵਿੱਤਰ ਸੀ, ਦੇਵੀ ਗੁਣਵਾਨ ਸੀ। ਹੁਣ ਤਾਂ ਕੋਈ ਵੀ ਗੁਣ ਨਹੀਂ ਹੈ। ਸਭ ਦੀ ਬੈਟਰੀ ਪੂਰੀ ਡਿਸਚਾਰਜ ਹੋਣ ਲੱਗੀ ਹੈ। ਹੁਣ ਬੈਟਰੀ ਫਿਰ ਭਰ ਰਹੀ ਹੈ ਸਿਵਾਏ ਪਰਮ ਪਿਤਾ ਪਰਮਾਤਮਾ ਨਾਲ ਯੋਗ ਲਵਾਉਣ ਦੀ। ਬੈਟਰੀ ਚਾਰਜ ਨਹੀਂ ਹੋ ਸਕਦੀ, ਭਰ ਨਹੀਂ ਸਕਦੀ। ਇੱਕ ਬਾਪ ਹੀ ਐਵਰ ਪਿਓਰ ਹੈ। ਇੱਥੇ ਤਾਂ ਸਾਰੇ ਹੀ ਇਮਪਿਓਰ ਹਨ, ਸਾਰੇ ਅਪਵਿੱਤਰ ਹਨ। ਕਿਹੜਾ ਕਿਸੇ ਦੀ ਬੈਟਰੀ ਡਿਸਚਾਰਜ ਚਾਰਜ ਕਰੇਗਾ। ਇਸ ਲਈ ਬਾਬਾ ਕਹਿੰਦੇ ਬਾਪ ਨਾਲ ਯੋਗ ਲਗਾਉਣ ਨਾਲ ਹੀ ਬੈਟਰੀ ਚਾਰਜ ਹੁੰਦੀ ਹੈ। ਜਦੋਂ ਪਿਓਰ ਰਹਿੰਦੇ ਹਨ ਤਾਂ ਬੈਟਰੀ ਚਾਰਜ ਰਹਿੰਦੀ ਹੈ। ਤਾਂ ਹੁਣ ਬਾਪ ਸਮਝਾਉਂਦੇ ਹਨ ਇੱਕ ਨੂੰ ਯਾਦ ਕਰਨਾ ਹੈ, ਉੱਚੇ ਤੇ ਉੱਚਾ ਭਗਵਾਨ ਹੈ। ਬਾਪ ਬੈਠ ਸਮਝਾਉਂਦੇ ਹਨ ਮਾਮੇ ਕਮ ਯਾਦ ਕਰੋ, ਮੈਂ ਐਵਰ ਪਿਓਰ ਹੂੰ, ਮੈਂ ਕਦੇ ਮਨੁੱਖ ਤਨ ਨਹੀਂ ਲੈਂਦਾ। ਬਾਬਾ ਕਹਿੰਦੇ ਮੈਂ ਕਦੇ ਮਨੁੱਖ ਤਨ ਨਹੀਂ ਲੈਂਦਾ, ਮਾਨਾ ਮੈਂ ਕੋਈ ਜਨਮ ਨਹੀਂ ਲੈਂਦਾ ਹਾਂ, ਨਾ ਦੇਵੀ ਤਨ ਨਾ ਮਨੁੱਖ ਦਾ ਤਨ ਲੈਂਦਾ, ਅਰਥਾਤ ਮੈਂ ਜਨਮ ਮਰਨ ਤੋਂ ਨਿਆਰਾ ਹਾਂ। ਸਿਰਫ ਤੁਸੀਂ ਬੱਚਿਆਂ ਨੂੰ ਸਵਰਗ ਦੀ ਬਾਦਸ਼ਾਹੀ ਦੇਣ ਲਈ ਜਦੋਂ ਇਹ ਮਾਨਾ ਬ੍ਰਹਮਾ ਬਾਬਾ 60 ਸਾਲ ਦੀ ਵਾਨਪ੍ਰਸਥ ਅਵਸਥਾ ਵਿੱਚ ਹੁੰਦੇ ਹਨ ਉਦੋਂ ਮੈਂ ਇਸ ਦੇ ਤਨ ਵਿੱਚ ਆਉਂਦਾ ਹਾਂ। ਇਹ ਪੂਰਾ ਸਤੋ ਪ੍ਰਧਾਨ ਤੋਂ ਤਮੋ ਪ੍ਰਧਾਨ ਬਣਿਆ ਹੈ। ਨੰਬਰ 1 ਉੱਚੇ ਤੇ ਉੱਚਾ ਭਗਵਾਨ, ਫਿਰ ਹੈ ਸੂਕਸ਼ਮ ਵਤਨ ਵਾਸੀ ਬ੍ਰਹਮਾ ਵਿਸ਼ਨੂੰ ਸ਼ੰਕਰ ਜਿਸ ਦਾ ਸਾਕਸ਼ਾਤਕਾਰ ਹੁੰਦਾ ਹੈ। ਸੂਕਸ਼ਮ ਵਤਨ ਵਿੱਚ ਦਾ ਹੈ ਨਾ, ਜਿੱਥੇ ਸਰੀਰ ਨਹੀਂ ਹੋ ਸਕਦੇ। ਸੂਕਸ਼ਮ ਵਤਨ ਸੂਕਸ਼ਮ ਸਰੀਰ ਸਿਰਫ ਦਿਵਯ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਹੈ। ਮਨੁੱਖ ਸ੍ਰਿਸ਼ਟੀ ਤਾਂ ਇੱਥੇ ਹੀ ਹੈ, ਬਾਕੀ ਉਹ ਤਾਂ ਸਿਰਫ ਸਾਕਸ਼ਾਤਕਾਰ ਦੇ ਲਈ ਫਰਿਸ਼ਤੇ ਹਨ। ਤੁਹਾਨੂੰ ਬੱਚਿਆਂ ਨੂੰ ਵੀ ਅੰਤ ਵਿੱਚ ਜਦੋਂ ਬਿਲਕੁਲ ਪਵਿੱਤਰ ਹੋ ਜਾਂਦੇ ਹੋ ਤਾਂ ਤੁਹਾਡਾ ਵੀ ਸਾਕਸ਼ਾਤਕਾਰ ਹੁੰਦਾ ਹੈ। ਇਸ ਤਰ੍ਹਾਂ ਫਰਿਸ਼ਤਾ ਬਣ, ਫਿਰ ਸਵਰਗ ਵਿੱਚ ਇੱਥੇ ਹੀ ਆ ਕੇ ਸਵਰਗ ਦੇ ਮਾਲਿਕ ਬਣੋਗੇ। ਇਹ ਬ੍ਰਹਮਾ ਕੋਈ ਵਿਸ਼ਨੂੰ ਨੂੰ ਯਾਦ ਨਹੀਂ ਕਰਦੇ, ਇਹ ਵੀ ਸ਼ਿਵ ਬਾਬਾ ਨੂੰ ਯਾਦ ਕਰਦੇ ਹਨ ਅਤੇ ਇਹ ਵਿਸ਼ਨੂੰ ਬਣਦੇ ਹਨ। ਤਾਂ ਇਹ ਸਮਝਣਾ ਚਾਹੀਦਾ ਹੈ ਨਾ, ਇਹਨਾਂ ਨੇ ਰਾਜ ਕਿਵੇਂ ਪਾਇਆ। ਲੜਾਈ ਆਦਿ ਕੁਛ ਵੀ ਨਹੀਂ, ਕੋਈ ਦੇਵਤਿਆਂ ਨੇ ਜਾਂ ਕੋਈ ਲੜਾਈ ਆਦਿ ਕਰਕੇ ਰਾਜ ਨਹੀਂ ਲੈਤਾ। ਬਾਬਾ ਕਹਿੰਦੇ ਦੇਵਤੇ ਹਿੰਸਾ ਕਿਵੇਂ ਕਰਨਗੇ। ਹੁਣ ਤੁਸੀਂ ਬੱਚੇ ਬਾਪ ਨੂੰ ਯਾਦ ਕਰਕੇ ਰਾਜਾ ਹੀ ਲੈਂਦੇ ਹੋ, ਕੋਈ ਮੰਨੇ ਜਾਂ ਨਾ ਮੰਨੇ। ਗੀਤਾ ਵਿੱਚ ਵੀ ਹੈ ਨਾ, ਹੇ ਬੱਚਿਓ, ਦੇਹ ਸਹਿਤ ਦੇਹ ਦੇ ਸਭ ਧਰਮ ਛੱਡ ਕੇ ਮਾਮੇ ਕਮ ਯਾਦ ਕਰੋ। ਉਸ ਨੂੰ ਵੀ ਦੇਹ ਹੈ ਨਹੀਂ ਜੋ ਮਮਤਵ ਰੱਖੇ ਮੋਹ ਰੱਖਣ। ਕਹਿੰਦੇ ਹਨ ਨਾ, ਮੈਂ ਥੋੜੇ ਸਮੇਂ ਦੇ ਲਈ ਇਸ ਦੇ ਸਰੀਰ ਦਾ ਲੋਨ ਲੈਂਦਾ ਹਾਂ, ਨਹੀਂ ਤਾਂ ਮੈਂ ਨੌਲੇਜ ਕਿਵੇਂ ਦੇਵਾਂਗਾ, ਮੈਂ ਤਾਂ ਬੀਜ ਰੂਪ ਹਾਂ, ਇਸ ਸਾਰੇ ਝਾੜ ਦੀ ਨੌਲੇਜ ਮੇਰੇ ਪਾਸ ਹੈ, ਹੋਰ ਕਿਸੇ ਨੂੰ ਪਤਾ ਨਹੀਂ ਕਿ ਸ੍ਰਿਸ਼ਟੀ ਦੀ ਉਮਰ ਕਿੰਨੀ ਹੈ, ਕਿਵੇਂ ਇਸ ਦੀ ਸਥਾਪਨਾ ਪਾਲਣਾ ਵਿਨਾਸ਼ ਹੁੰਦਾ ਹੈ। ਮਨੁੱਖਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਨਾ, ਮਨੁੱਖ ਤਾਂ ਪੜ੍ਹਦੇ ਹਨ, ਜਾਨਵਰ ਤਾਂ ਨਹੀਂ ਪੜ੍ਹਨਗੇ, ਉਹ ਹੱਦ ਦੀ ਪੜ੍ਹਾਈ ਹੈ। ਬਾਬਾ ਤੁਹਾਨੂੰ ਬੇਹੱਦ ਦੀ ਪੜ੍ਹਾਈ ਪੜ੍ਹਾਉਂਦੇ ਹਨ।
ਇਹ ਸਰੀਰ ਤਾਂ ਇਸ ਦਾਦਾ ਦੀ ਆਤਮਾ ਦਾ ਤਖਤ ਹੈ ਨਾ, ਅਕਾਲ ਤਖਤ ਕਹਿੰਦੇ ਹਨ ਨਾ। ਹੁਣ ਇਹ ਅਕਾਲ ਤਖਤ ਬਾਪ ਦਾ ਤਖਤ ਹੈ। ਅੰਮ੍ਰਿਤਸਰ ਵਿੱਚ ਵੀ ਇੱਕ ਅਕਾਲ ਤਖਤ ਹੈ ਨਾ। ਵੱਡੇ ਵੱਡੇ ਜੋ ਹੁੰਦੇ ਹਨ ਉੱਥੇ ਅਕਾਲ ਤਖਤ ਤੇ ਜਾ ਕੇ ਬੈਠਦੇ ਹਨ। ਤਾਂ ਹੁਣ ਬਾਪ ਸਮਝਾਉਂਦੇ ਹਨ ਕਿ ਇਹ ਸਾਰਾ ਅਕਾਲ, ਇਹ ਸਭ ਅਕਾਲ ਆਤਮਾ ਦੇ ਤਖਤ ਹਨ। ਆਤਮਾ ਅਕਾਲ ਹੈ, ਅਕਾਲ ਮਾਨਾ ਕਿ ਜਿਸ ਨੂੰ ਕੋਈ ਕਾਲ ਨਹੀਂ ਖਾ ਸਕਦਾ। ਬਾਕੀ ਤਖਤ ਤਾਂ ਬਦਲਦੇ ਰਹਿੰਦੇ ਹਨ। ਸਰੀਰ ਤਾਂ ਆਤਮਾ ਇੱਕ ਛੱਡਿਆ, ਦੂਸਰਾ ਲਿਆ, ਦੂਸਰਾ ਛੱਡਿਆ, ਤੀਸਰਾ ਲਿਆ। ਬਾਬਾ ਕਹਿੰਦੇ ਤਖਤ ਤਾਂ ਬਦਲਦੇ ਰਹਿੰਦੇ ਹਨ। ਅਕਾਲ ਮੂਰਤ ਆਤਮਾ ਇਸ ਤਖਤ ਤੇ ਬੈਠਦੀ ਹੈ। ਪਹਿਲਾਂ ਛੋਟਾ ਤਖਤ ਹੁੰਦਾ ਹੈ, ਮਨਾ ਬੱਚਾ ਛੋਟਾ ਹੁੰਦਾ ਹੈ, ਫਿਰ ਵੱਡਾ ਹੋ ਜਾਂਦਾ ਹੈ। ਆਤਮਾ ਇੱਕ ਸਰੀਰ ਛੱਡ ਦੂਸਰਾ ਲੈਂਦੀ ਹੈ, ਆਤਮਾ ਅਕਾਲ ਹੈ। ਬਾਕੀ ਉਸ ਵਿੱਚ ਅੱਛੇ ਜਾਂ ਬੁਰੇ ਸੰਸਕਾਰ ਹੁੰਦੇ ਹਨ, ਤਾਂ ਹੀ ਤਾਂ ਕਿਹਾ ਜਾਂਦਾ ਹੈ ਨਾ ਕਿ ਕਰਮਾਂ ਦਾ ਫਲ ਹੈ। ਆਤਮਾ ਕਦੇ ਵਿਨਾਸ਼ ਨਹੀਂ ਹੁੰਦੀ, ਆਤਮਾ ਦਾ ਬਾਪ ਵੀ ਇੱਕ ਹੈ, ਤਾਂ ਇਹ ਸਮਝਣਾ ਚਾਹੀਦਾ ਹੈ ਨਾ। ਬਾਬਾ ਆ ਕੇ ਬੱਚਿਆਂ ਨੂੰ ਪੜ੍ਹਾ ਕੇ ਯਾਦ ਦੀ ਯਾਤਰਾ ਸਿਖਾਉਂਦੇ ਹਨ। ਜਦੋਂ ਆਤਮਾ ਪਵਿੱਤਰ ਬਣ ਜਾਵੇਗੀ ਤਾਂ ਪਹਿਲਾਂ ਸ਼ਾਂਤੀ ਧਾਮ ਜਾਵੇਗੀ। ਬਾਬਾ ਕਹਿੰਦੇ ਤੁਹਾਡੀ ਆਤਮਾ ਵਿੱਚ ਬਾਬਾ ਨੌਲੇਜ ਭਰ ਰਹੇ ਹਨ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ, ਪਹਿਲਾ ਮਨ ਵਚਨ ਕਰਮ ਤੋਂ ਪਵਿੱਤਰ ਬਣ ਆਤਮਾ ਰੂਪੀ ਬੈਟਰੀ ਨੂੰ ਚਾਰਜ ਕਰਨਾ ਹੈ, ਪੱਕਾ ਬ੍ਰਾਹਮਣ ਬਣਨਾ ਹੈ। ਦੂਸਰਾ ਮਨ ਮਤ ਵਾ ਮਨੁੱਖ ਮਤ ਨੂੰ ਛੱਡ ਕੇ ਇੱਕ ਬਾਪ ਦੀ ਸ਼੍ਰੀਮਤ ਤੇ ਚੱਲ ਕੇ ਆਪਣੇ ਆਪ ਨੂੰ ਸ੍ਰੇਸ਼ਟ ਬਣਾਉਣਾ ਹੈ। ਸਤੋ ਪ੍ਰਧਾਨ ਬਣ ਕੇ ਬਾਪ ਦੇ ਨਾਲ ਉੱਡ ਕੇ ਜਾਣਾ ਹੈ। ਵਰਦਾਨ ਹੈ ਸ਼੍ਰੀਮਤ ਦੇ ਆਧਾਰ ਤੇ ਖੁਸ਼ੀ, ਸ਼ਕਤੀ ਅਤੇ ਸਫਲਤਾ ਦਾ ਅਨੁਭਵ ਕਰਨ ਵਾਲੇ ਸਰਵ ਪ੍ਰਾਪਤੀ ਸੰਪੰਨ ਭਵ। ਜੋ ਬੱਚੇ ਆਪਣੇ ਆਪ ਨੂੰ ਟਰਸਟੀ ਸਮਝ ਕੇ ਸ਼੍ਰੀਮਤ ਪ੍ਰਮਾਣ ਚੱਲਦੇ ਹਨ, ਸ਼੍ਰੀਮਤ ਵਿੱਚ ਜਰਾ ਵੀ ਮਨਮਤ ਜਾਂ ਪਰਮਤ ਮਿਕਸ ਨਹੀਂ ਕਰਦੇ, ਉਹਨਾਂ ਨੂੰ ਨਿਰੰਤਰ ਖੁਸ਼ੀ, ਸ਼ਕਤੀ ਅਤੇ ਸਫਲਤਾ ਦੀ ਅਨੁਭੂਤੀ ਹੁੰਦੀ ਹੈ। ਪੁਰਸ਼ਾਰਥ ਵਾ ਮਿਹਨਤ ਘੱਟ ਹੁੰਦੇ ਵੀ ਪ੍ਰਾਪਤੀ ਜ਼ਿਆਦਾ। ਫਿਰ ਕਹਾਂਗੇ ਯਥਾਰਥ ਸ਼੍ਰੀਮਤ ਤੇ ਚੱਲਣ ਵਾਲੇ। ਪਰੰਤੂ ਮਾਇਆ ਈਸ਼ਵਰੀ ਮਤ ਵਿੱਚ ਮਨਮਤ ਜਾਂ ਪਰਮਤ ਨੂੰ ਰਾਇਲ ਰੂਪ ਨਾਲ ਮਿਕਸ ਕਰ ਦਿੰਦੀ ਹੈ, ਇਸ ਲਈ ਸਰਵ ਪ੍ਰਾਪਤੀਆਂ ਦਾ ਅਨੁਭਵ ਨਹੀਂ ਹੁੰਦਾ। ਇਸ ਦੇ ਲਈ ਪਰਖਣ ਅਤੇ ਨਿਰਣੈ ਕਰਨ ਦੀ ਸ਼ਕਤੀ ਨੂੰ ਧਾਰਨ ਕਰੋ ਤਾਂ ਧੋਖਾ ਨਹੀਂ ਖਾਓਗੇ। ਸਲੋਗਨ ਹੈ ਬਾਲਕ ਸੋ ਮਾਲਿਕ, ਉਹ ਹਨ ਜੋ ਤਪੱਸਿਆ ਦੇ ਬਲ ਨਾਲ ਭਾਗ ਵਿਦਾਤਾ ਬਾਪ ਨੂੰ ਆਪਣਾ ਬਣਾ ਲੈਣ। ਅੱਛਾ, ਓਮ ਸ਼ਾਂਤੀ।